ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਜੋਬ ਨਿਊਜ਼ ਅੱਡਾ ਦੇ ਵਿੱਚ। ਦੋਸਤੋ ਅੱਜ ਦੀ ਵਕੈਂਸੀ ਲੈ ਕੇ ਹਾਜ਼ਰ ਹਾਂ ਤੇ ਇੱਥੇ ਦੋ ਨੋਟੀਫਿਕੇਸ਼ਨ ਆਏ ਦੋਸਤੋ। ਦੋਵੇਂ ਨੋਟੀਫਿਕੇਸ਼ਨ ਜਿਹੜੇ ਹੈ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ। ਪਹਿਲਾ ਜਿਹੜਾ ਨੋਟੀਫਿਕੇਸ਼ਨ ਦੋਸਤੋ ਤੁਸੀਂ ਦੇਖ ਰਹੇ ਹੋ ਓਨਲੀ ਫੀਮੇਲ ਕੈਂਡੀਡੇਟ ਵਾਸਤੇ ਹੈ ਤੇ ਇੱਥੇ ਤੁਸੀਂ ਜਿਹੜਾ ਹੈ ਆਫਲਾਈਨ ਫਾਰਮ ਅਪਲਾਈ ਕਰਨਾ ਹੈ। ਇਸ ਦੇ ਵਿੱਚ ਏਜ ਮੰਗੀ ਗਈ 21 ਤੋਂ 37 ਸਾਲ ਵਿਚਾਲੇ ਤੇ ਦੋਸਤੋ ਇਸ ਦੇ ਵਿੱਚ ਜਿਹੜੀ ਅਨੁਸੂਚਿਤ ਜਾਤੀ ਜਨਜਾਤੀਆਂ ਹੋਏਗੀ 5 ਸਾਲਾਂ ਦੀ ਉਹਨਾਂ ਨੂੰ ਛੂਟ ਦਿੱਤੀ ਜਾਵੇਗੀ। ਇਸ ਤੋਂ ਬਾਅਦ ਤੁਸੀਂ ਦੋਸਤੋ ਇਹ ਫੋਰਮ ਜਿਹੜਾ ਹੈ ਇਹ ਰਜਿਸਟਰਡ ਜਾਂ ਸਪੀਡ ਡਾਕ ਰਾਹੀਂ ਹੀ ਅਪਲਾਈ ਕਰਨਾ, ਯਾਨੀ ਕਿ ਸਧਾਰਨ ਡਾਕ ਰਾਹੀਂ ਤੁਸੀਂ ਫੋਰਮ ਨਹੀਂ ਭੇਜ ਸਕਦੇ। ਕਲੋਜਿੰਗ ਡੇਟ ਜਿਹੜੀ ਰੱਖੀ ਗਈ ਹੈ 4/11/2019 ਇਹਨਾਂ ਨੇ ਰੱਖੀ ਹੈ। ਐਡਰੈਸ ਦੋਸਤੋ ਇੱਥੇ ਦਿੱਤਾ ਹੋਇਆ, ਕਮਰਾ ਨੰਬਰ ਤੁਸੀਂ ਦੇਖ ਸਕਦੇ ਹੋ, ਇੱਥੋਂ ਲੈ ਕੇ ਇੱਥੋਂ ਤੱਕ ਜਿਹੜਾ ਕੰਪਲੈਕਸ ਤੱਕ ਤੁਸੀਂ ਐਡਰੈਸ ਨੋਟ ਕਰਕੇ ਫੋਰਮ ਸੈਂਡ ਕਰ ਦੇਣਾ। ਇਸ ਤੋਂ ਬਾਅਦ ਦੋਸਤੋ ਵੈਕੈਂਸੀਆਂ ਦੀ ਗੱਲ ਕਰੀ ਤੇ ਇੱਥੇ 7 ਤਰ੍ਹਾਂ ਦੀ ਪੋਸਟਾਂ ਜਿਹੜੀ ਹੈ ਅਨਾਊਂਸ ਕੀਤੀ ਗਈ ਹੈ। ਠੀਕ ਹੈ, ਸੈਂਟਰ ਐਡਮਿਨਿਸਟ੍ਰੇਟਰ ਦੀ ਹੈ, ਪੈਰਾ ਲੀਗਲ ਪਰਸਨਲ ਲਾਇਰ ਦੀ ਹੈ, ਕੇਸ ਵਰਕਰ ਦੀ ਹੈ, ਆਈਟੀ ਸਟਾਫ ਦੀ ਹੈ ਦੋਸਤੋ, ਕਾਉਂਸਲਰ ਦੀ ਹੈ, ਸਿਕਿਉਰਿਟੀ ਗਾਰਡ ਦੀ ਹੈ ਤੇ ਕਾਫੀ ਸਾਰੀ। ਤੇ ਇਹ ਦੋਸਤੋ ਓਨਲੀ ਫੀਮੇਲ ਕੈਂਡੀਡੇਟ ਵਾਸਤੇ, ਸਿਕਿਉਰਿਟੀ ਗਾਰਡ ਦੀ ਪੋਸਟ ਵੀ ਫੀਮੇਲ ਕੈਂਡੀਡੇਟ ਵਾਸਤੇ ਹੀ ਹੈ ਤੇ ਇਹਨਾਂ ਵੈਕੈਂਸੀਆਂ ਦੇ ਵਾਸਤੇ ਤੁਸੀਂ ਜੇ ਐਲੀਜੀਬਲ ਹੋ ਅਪਲਾਈ ਕਰ ਸਕਦੇ ਹੋ। ਇੱਥੇ ਦੋਸਤੋ ਸੈਲਰੀ ਤੁਹਾਡੀ ਦਿੱਤੀ ਹੋਈ ਹੈ, ਸੈਲਰੀ ਚੈੱਕ ਕਰ ਲਓ। ਠੀਕ ਹੈ, ਇੱਥੇ ਤੁਹਾਡੀ ਕੁਆਲੀਫਿਕੇਸ਼ਨ ਤੇ ਐਕਸਪੀਰੀਅੰਸ ਦੀ ਡਿਟੇਲ ਦਿੱਤੀ ਹੋਈ ਹੈ। ਇਹ ਹੈ ਕੁਆਲੀਫਿਕੇਸ਼ਨ ਦੋਸਤੋ ਤੇ ਇਹ ਹੈ ਐਕਸਪੀਰੀਅੰਸ ਦੀ ਡਿਟੇਲ। ਇਸ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰਵਾ ਦਾਂਗੇ, ਉੱਥੋਂ ਡਾਊਨਲੋਡ ਕਰਕੇ ਤੁਸੀਂ ਈਜ਼ੀ ਤਰੀਕੇ ਨਾਲ ਪੜ੍ਹ ਲਿਓ। ਤੇ ਦੋਸਤੋ ਲਗਭਗ ਸਾਰੀ ਵੈਕੈਂਸੀਆਂ ਦੇ ਵਿੱਚ ਦੋਸਤੋ ਇਹਨਾਂ ਨੇ ਐਕਸਪੀਰੀਅੰਸ ਦੀ ਜਿਹੜੀ ਡਿਮਾਂਡ ਹੈ ਉਹ ਕੀਤੀ ਹੈ। ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈ, ਤੁਸੀਂ ਇੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ, ਇੱਥੇ ਤੁਹਾਨੂੰ ਮਿਲ ਜਾਏਗਾ ਪਰਫੋਰਮਾ ਤੇ ਬਾਕੀ ਸਾਰੀ ਦੀ ਡਿਟੇਲ। ਹੁਣ ਚੱਲਦੇ ਹਾਂ ਦੋਸਤੋ ਨੈਕਸਟ ਨੋਟੀਫਿਕੇਸ਼ਨ ਵੱਲ ਤੇ ਇਹ ਨੋਟੀਫਿਕੇਸ਼ਨ ਵੀ ਇੱਥੋਂ ਹੀ ਜਾਰੀ ਹੋਇਆ, ਯਾਨੀ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਇਸ ਨੂੰ ਵੀ ਜਾਰੀ ਕੀਤਾ ਹੈ ਤੇ ਇੱਥੇ ਵੀ ਤੁਸੀਂ ਆਫਲਾਈਨ ਹੀ ਅਪਲਾਈ ਕਰਨਾ। ਇੱਕ ਪੋਸਟ ਇੱਥੇ ਅਨਾਊਂਸ ਕੀਤੀ ਗਈ ਹੈ ਤੇ ਇਸ ਦੀ ਜਿਹੜੀ ਦੋਸਤੋ ਕਲੋਜਿੰਗ ਡੇਟ ਰੱਖੀ ਗਈ ਹੈ ਉਹ ਵੀ 4/11/2019 ਹੀ ਰੱਖੀ ਗਈ। ਸਪੀਡ ਪੋਸਟ ਰਾਹੀਂ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਇੱਥੇ ਇੱਕ ਪੋਸਟ ਜਿਹੜੀ ਹੈ ਦੋਸਤੋ ਪ੍ਰੋਟੈਕਸ਼ਨ ਆਫੀਸਰ ਦੀ ਅਨਾਊਂਸ ਕੀਤੀ ਹੈ। 21 ਤੋਂ 37 ਸਾਲ ਵਿਚਾਲੇ ਏਜ ਹੋਣੀ ਚਾਹੀਦੀ, 21,000 ਸੈਲਰੀ ਹੋਏਗੀ ਤੇ ਇਸ ਦੇ ਵਿੱਚ ਤੁਸੀਂ ਮਾਸਟਰ ਜਿਹੜਾ ਹੈ ਮਾਸਟਰ ਇਨ ਸੋਸ਼ਲ ਵਰਕਰ ਦੀ ਡਿਗਰੀ ਕੀਤੀ ਹੋਈ, ਇਸ ਤੋਂ ਇਲਾਵਾ ਤੁਸੀਂ 120 ਘੰਟਿਆਂ ਦਾ ਕੰਪਿਊਟਰ ਕੋਰਸ ਕੀਤਾ ਹੋਈ ਤੇ 10th ਦੇ ਵਿੱਚ ਤੁਹਾਨੂੰ ਪੰਜਾਬੀ ਦਾ ਨੌਲੇਜ ਹੈ ਤਾਂ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਦੋਸਤੋ ਇਸ ਐਜ ਦੀ ਵੈਕੈਂਸੀ ਡਿਟੇਲ ਮਿਲਾਂਗੇ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਦੇ ਲਈ ਰੱਬ ਰਾਖਾ।